ਪੰਜਾਬੀ ਨਿਊਜ਼ ਔਨਲਾਈਨ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ। ਦੋਸਤੋ, ਅੱਜ ਇੱਕ ਸੰਗੀਤਕ ਮਹਿਫਲ ਦੇ ਨਾਲ ਸਾਂਝ ਪਾ ਰਹੇ ਹਾਂ। ਬਾਈ ਬਲਵੀਰ ਚੋਟੀਆਂ ਪੰਜਾਬੀ ਸੰਗੀਤ ਦੇ ਵਿੱਚ ਉਹ ਮਾਣਮੱਤਾ ਨਾਂ ਹੈ ਜਿਹਦੇ ਬਾਰੇ ਅਕਸਰ ਕਿਹਾ ਜਾਂਦਾ ਕਿ ਇਹਨਾਂ ਦੇ ਗੀਤ ਪਰਿਵਾਰ 'ਚ ਸੁਣੇ ਜਾਣ ਵਾਲੇ ਹੁੰਦੇ ਆ, ਕਿਉਂਕਿ ਅੱਜ ਕੱਲ੍ਹ ਬਹੁਤੇ ਗੀਤ ਆ ਜਿਹੜੇ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਣ ਵਾਲੇ ਆ, ਬਹੁਤੇ ਗਾਇਕ ਵੀ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਣ ਵਾਲੇ ਆ। ਅੱਜ ਬਾਈ ਜੀ ਹੋਰਾਂ ਦੇ ਨਾਲ ਇੱਕ ਸੰਗੀਤਕ ਮਹਿਫਲ ਲਾਵਾਂਗੇ ਔਰ ਗੱਲਬਾਤ ਕਰਦੇ ਹਾਂ ਚੋਟੀਆਂ ਸਾਹਿਬ ਨਾਲ ਅਤੇ ਉਹਨਾਂ ਦੇ ਧਰਮ ਪਤਨੀ ਜੈਸਮੀਨ ਚੋਟੀਆਂ ਹੋਰਾਂ ਨਾਲ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਬਾਈ ਜੀ, ਇੱਧਰ ਵੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਚੋਟੀਆਂ ਸਾਹਿਬ, ਜਿਵੇਂ ਗੱਲ ਕੀਤੀ ਹੈ ਕਿ ਤੁਹਾਡੇ 'ਤੇ ਇੱਕ ਲੈਵਲ ਅਸੀਂ ਪੱਕਾ ਹੀ ਲਾਤਾ, ਹੈ ਨਾ, ਕਿ ਪਰਿਵਾਰਕ ਗੀਤਾਂ ਦਾ ਗਾਇਕ ਬਲਵੀਰ ਚੋਟੀਆਂ, ਅਤੇ ਪਰਿਵਾਰ ਦੇ ਵਿੱਚ ਮਾਂ ਮੁੱਢ ਹੁੰਦੀ ਹੈ, ਅਤੇ ਇੱਕ ਮਾਂ ਬੁੱਢ ਦੀ ਛਾਂ ਹੋਵੇ ਫਿਰ ਤਾਂ ਕਹਿਣਾ ਹੀ ਕੀ ਹੈ। ਆਪਾਂ ਗੱਲ ਇੱਥੋਂ ਹੀ ਸ਼ੁਰੂ ਕਰ ਲਈਏ, ਕਿਉਂਕਿ ਉਹ ਸ਼ੇਅਰ ਆ ਜਿਹੜਾ ਮੈਨੂੰ ਨਿੱਜੀ ਤੌਰ 'ਤੇ ਬਹੁਤ ਪਸੰਦ। ਸਮਝੇ ਸਮਝੇ, ਲਓ ਜੀ ਆਪਾਂ ਇੱਥੋਂ ਸ਼ੁਰੂ ਕਰਦੇ ਹਾਂ ਜੀ, ਠੀਕ ਹੈ। ਦੁਨੀਆ ਦਾ ਰੱਬ ਮਾਂ, ਕੋਈ ਸ਼ੈ ਨਹੀਂ ਵਿੱਚ ਸੰਸਾਰ ਮਿੱਠੀ, ਉਹ ਮਿੱਠੀ ਪਾਵਣ ਗੁਰਬਾਣੀ ਦੇ ਨਾਂ ਵਰਗੀ, ਫਲਾਂ ਨਾਲ ਭਰਪੂਰ ਅਨੇਕ ਬੂਟੇ ਛਾਂ ਦਿੰਦੇ ਨੀ, ਬੋੜ ਦੀ ਛਾਂ ਵਰਗੀ, ਸਵਰਗਾਂ ਵਿੱਚ ਵੀ ਸੁੰਦਰ ਨਹੀਂ ਹੋ ਸਕਦੀ, ਅੰਮ੍ਰਿਤਸਰ ਹਰਿਮੰਦਰ ਜਿਹੀ ਥਾਂ ਵਰਗੀ, ਉਹ ਬਚਨ ਹੋਏ ਅੱਗੋਂ ਨਾ ਹੋਊ ਕੋਈ, ਉਹ ਗੁਜ਼ਰੀ ਮਾਂ ਦਸ਼ਮੇਸ਼ ਦੀ ਮਾਂ ਵਰਗੀ। ਇੱਕ ਮਾਂ ਬੋੜ ਦੀ ਛਾਂ ਤੇ ਰੱਬ ਦਾ ਨਾਂ ਪਿਆਰੇ ਇੱਕੋ ਜਹੇ, ਇੱਕ ਮਾਂ ਬੋੜ ਦੀ ਛਾਂ ਤੇ ਰੱਬ ਦਾ ਨਾਂ ਪਿਆਰੇ ਇੱਕੋ ਜਹੇ, ਉਹ ਕੱਲਾ ਜਵਾਈ ਸਕੇ ਦੋ ਭਾਈ ਵੱਡੀ ਭਰਜਾਈ ਸਹਾਰੇ ਇੱਕੋ ਜਹੇ, ਇੱਕ ਮਾਂ ਬੋੜ ਦੀ ਛਾਂ ਤੇ ਰੱਬ ਦਾ ਨਾਂ ਪਿਆਰੇ ਇੱਕੋ ਜਹੇ। ਛੋਟਿਆਂ ਸਾਹਿਬ, ਇਹ ਗੀਤ ਹੈ ਹਿੱਟ ਹੋਇਆ ਔਰ ਦੁਨੀਆ ਭਰ ਦੇ ਵਿੱਚ ਇਸ ਨੂੰ ਚੰਗਾ ਪਿਆਰ ਮਿਲਿਆ, ਜਿਹੋ ਜਿਹਾ ਚਾਹੀਦਾ ਸੀ ਸ਼ਾਇਦ ਉਹ ਤੋਂ ਵੱਧ। ਜਿਵੇਂ ਆਪਾਂ ਇਹ ਕਹੀਏ ਕਿ HMB 'ਚ ਜਿਹੜੀ ਕੈਸਟ ਆਈ ਹੁੰਦੀ ਸੀ ਨਾ ਪਹਿਲਾਂ, ਤਾਂ ਰਿਐਲਿਟੀ ਉਹਦੀ ਹੁਣ ਤੱਕ ਆਈ ਜਾਂਦੀ ਸੀ, ਉਹੀ ਸਿਸਟਮ ਇਸ ਗੀਤ ਦਾ। ਉਦੋਂ ਬਾਅਦ ਬਹੁਤ ਸਾਰਾ ਯਤਨ ਤੁਸੀਂ ਕੀਤੇ, ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ, ਇਸ ਗੀਤ ਦੇ ਹਾਣ ਦਾ ਕੋਈ ਹੋਰ ਗੀਤ ਬਣਿਆ? ਹਾਂਜੀ ਹਾਂਜੀ, ਕਾਫੀ ਗੀਤ ਇਸ ਗੀਤ ਦੇ ਹਾਣ ਦੇ ਬਣੇ ਆ, ਪਰ ਲੋਕ ਪੈ ਦੇ ਸੀ ਉਹ ਦੇ ਦਿੰਦੇ, ਕਿਉਂਕਿ ਸਾਰੇ ਗੀਤ ਜੇ ਸੱਭਿਆਚਾਰ ਕੋਣ ਦੇ ਨਾਤੇ, ਇਸ ਕਰਕੇ ਇੱਕ ਗੀਤ ਮੇਰਾ ਹੋਰ ਵੀ ਮਾਂ ਦੇ ਮਤਲਬ ਕਿ ਗਾਇਆ ਸੀ ਮੈਂ, ਕਰਨ ਵਗਾਨੇ ਰੀਸ ਕਦੇ ਸਕਾਂ ਵੀਰਾਂ ਦੀ, ਉਹਦੇ ਵਿੱਚ ਵੀ ਮਾਂ ਤੋਂ ਸ਼ੁਰੂ ਕੀਤਾ ਸੀ। ਪਰ ਲੋਕ ਕਥਾਵਾਂ ਕਲੀਆਂ ਬਹੁਤ ਸਾਰਾ ਕੁਛ ਹੈ ਜਿਹੜਾ ਤੁਸੀਂ ਗਾਉਂਦੇ ਰਹੇ ਹੋ ਔਰ ਡਿਊਟ ਦੇ ਵਿੱਚ ਵੀ ਬਕਾਇਦਾ ਚੱਲਦੇ ਰਹੇ। ਇੱਕ ਦੌਰ ਆਇਆ ਪੰਜਾਬ ਦੇ ਵਿੱਚ ਬਠਿੰਡੇ ਦੇ ਵਿੱਚ ਖਾਸ ਕਰਕੇ ਆਪਾਂ ਕਹੀਏ ਕਿ ਉਦੋਂ ਦੋ ਅਰਥੇ ਗੀਤ ਚੱਲਦੇ ਸੀ, ਚੋਟੀਆਂ ਉਦੋਂ ਵੀ ਪਰਿਵਾਰਕ ਗੀਤਾਂ 'ਤੇ ਖੜਾ ਰਿਹਾ, ਬਾਅਦ ਦੇ ਵਿੱਚ ਇਹੋ ਜਿਹਾ ਦੌਰ ਆਇਆ ਕਿ ਦੇਸੀ ਪੌਪ ਜਾਂ ਹੋਰ ਜਿਹੜਾ ਇੱਕ ਟ੍ਰੀਟਮੈਂਟ ਹੋਣ ਲੱਗਿਆ, ਤੁਸੀਂ ਫਿਰ ਵੀ ਉਹੀ ਪੈਟਰਨ ਰੱਖਿਆ ਅਤੇ ਤੁਸੀਂ ਅੱਜ ਵੀ ਫਿਰ ਜਿਹੜਾ ਉਸੇ ਤਰੀਕੇ ਨਾਲ ਚੱਲ ਰਹੇ ਹੋ, ਜਿਵੇਂ ਲਾਈਫ ਬੋਆਏ ਸਾਬਣ ਚੱਲ ਰਹੀ ਹੈ, ਜਿਵੇਂ ਕੋਲਗੇਟ ਦਾ ਨਾਂ ਚੱਲਦਾ, ਜਿਵੇਂ ਡਾਲਡਾ ਚੱਲਦਾ, ਕੀ ਖਾਸੀਅਤ ਹੈ ਇਸ ਗੱਲ ਵਿੱਚ? ਖਾਸੀਅਤ ਇਹ ਜੀ, ਹੁਣ ਸਾਡੇ ਪਰ ਜਿਹੜੇ ਸਰੋਤੇ ਆ ਪੱਕ ਗਏ, ਉਹ ਸਾਡੇ ਤੋਂ ਉਹੀ ਕੁਛ ਭਾਲਦੇ ਆ, ਰੜ ਤਾਂ ਨਹੀਂ ਗਏ ਵਾਲੇ? ਹਾਂ, ਪੱਕੇ ਰੜੀ ਗਏ ਜ਼ਿਆਦਾ ਰੜ ਕੇ, ਕਿਉਂਕਿ ਜਿੱਥੇ ਵੀ ਮਾਂ ਬੋੜ ਦੀ ਛਾਂ ਆ ਗਈ, ਕਹਿਣਗੇ ਯਾਰ ਤੈਨੂੰ ਇਸ ਗੀਤ ਪਿੱਛੇ ਤਾਂ ਲਿਆਂਦਾ, ਤੂੰ ਗਾਇਆ ਨਹੀਂ। ਕਈ ਵਾਰੀ ਮੈਂ ਛੱਡ ਦਿੰਦਾ ਵੀ ਚੱਲ ਬਹੁਤ ਹੋ ਗਿਆ, ਬਹੁਤ ਗਾਤਾ, ਅਤੇ ਪਰ ਫਿਰ ਵੀ ਉਹ ਦੁਬਾਰਾ ਜੇ ਮੈਂ ਨਾ ਲਾਵਾਂ ਤਾਂ ਦੋ ਵਾਰੀ ਸੁਣਦੇ ਆ ਉਹ, ਠੀਕ ਆ। ਦੁਗਾਣੇ ਉੱਧਰਲੇ ਪਾਸੇ ਵੀ ਤੁਸੀਂ ਚੱਲਦੇ ਹੋ ਔਰ ਉਸ ਪਾਸੇ, ਹੁਣ ਜਿਹੜਾ ਦੌਰ ਹੈ ਸਮੇਂ-ਸਮੇਂ ਤੇ ਬਦਲਦੇ ਰਹੇ, ਅਤੇ ਇਸ ਦੌਰ ਦੇ ਵਿੱਚ ਪੈਰ ਜਮਾ ਕੇ ਖੜਨ ਦਾ ਵੱਡਾ ਕਾਰਨ? ਗੱਲ ਤਾਂ ਇਹ, ਫਿਰ ਆਪਾਂ ਆਪਣੇ ਪੈਰ ਛੱਡੇ ਨਹੀਂ ਨਾ, ਆਪਣੇ ਪੈਰਾਂ ਕਹਿਣਾ ਨਹੀਂ ਪੈ ਗਿਆ ਸੀ ਛਤਰੀ ਹਲਾਈ ਤੇ ਤੂੰ ਪੈਰ ਛੱਡ ਗਿਆ? ਹਾਂ, ਅਸੀਂ ਨਹੀਂ, ਉਹ ਲੋੜ ਨਹੀਂ ਪਈ ਆਪਾਂ ਨੂੰ, ਆਪਾਂ ਆਪਣੇ ਪੈਰਾਂ 'ਤੇ ਰਹੇ, ਕਿਉਂਕਿ ਜਦੋਂ ਜਿਹੜਾ ਸਟੈਂਡ ਬਣਾ ਲਿਆ ਉਸ ਸਟੈਂਡ 'ਤੇ ਰਹੇ ਆਪਾਂ, ਵੀ ਬਦਲਿਆ ਨਹੀਂ, ਚੇਂਜ ਨਹੀਂ ਕੀਤਾ। ਔਰ ਮੈਂ ਸਟੈਂਡ ਦੀ ਗੱਲ ਜੇ ਕਰਾਂ ਤਾਂ, ਕਿਉਂਕਿ ਬਠਿੰਡੇ ਦੀ ਢਿੱਲੋਂ ਮਾਰਕੀਟ ਪੰਜਾਬੀ ਸੰਗੀਤ ਜਗਤ ਦਾ ਜਿਹੜਾ ਨਾਂ ਅਤੇ ਨਾਮਣਾ, ਜੇ ਉਹਦਾ ਜ਼ਿਕਰ ਕਰਨਾ ਹੋਵੇ ਪਹਿਲਾਂ ਲੁਧਿਆਣੇ ਦਾ ਧਿਆਨ ਸਿੰਘ ਕੰਪਲੈਕਸ, ਅਤੇ ਉਦੋਂ ਬਾਅਦ ਇਹ, ਅਤੇ ਇੱਥੇ ਮੋੜੀਗੜ੍ਹ ਬਲਵੀਰ ਚੋਟੀਆਂ, ਉਹ ਗੱਲ ਦੱਸਿਓ, ਕਿਉਂਕਿ ਬਹੁਤੇ ਲੋਕਾਂ ਨੂੰ ਪਤਾ ਨਹੀਂ ਕਿ ਇੱਥੇ ਦਫ਼ਤਰ ਜਦੋਂ ਖੁੱਲ੍ਹੇ ਕੀ ਕਹਾਣੀ ਸੀ। ਸਿੱਧੂ ਸਾਹਿਬ, ਜਦੋਂ ਨਾ ਅਸੀਂ, ਮੈਂ ਸੋਚਿਆ ਯਾਰ ਅਸੀਂ ਗਾਉਣ ਤਾਂ ਲੱਗ ਗਏ ਸਾਰੇ, ਦਫ਼ਤਰ ਸਾਡੇ ਕੋਲ ਕਿਸੇ ਕੋਲ ਹੈ ਨਹੀਂ ਸੀਗਾ, ਬਲਕਾਰ ਸੀ, ਮੈਂ ਸੀ, ਹਰਦੇਵ ਸੀ, ਗੋਰਾ ਸੀ, ਹੋਰ ਬਾਅਦ ਸੋਮੀ ਤੋਂ ਗਵਾਲੀਆ ਸੀ, ਬਾਈ ਅਵਤਾਰ ਵਰਗੇ ਤੁਰ ਪਰਲੀ ਮਾਰਕੀਟ ਸੀਗੀ, ਅਸੀਂ ਮਾਰਕੀਟ 'ਤੇ ਦੇਖਿਆ ਮੈਂ ਵੀ ਇੱਥੇ ਸਾਰੇ ਕਲਾਕਾਰ ਸੈੱਟ ਹੋ ਜਾਣਗੇ। ਉੱਥੇ ਪੁਲਿਸ ਦੇ ਕਮਾਂਡੋ ਵਾਲੇ ਰਹਿੰਦੇ ਹੁੰਦੇ ਸੀਗੇ, ਅਤੇ ਜਦੋਂ ਮੈਂ ਗਿਆ ਮੈਂ ਦੋ ਦਫ਼ਤਰ ਲੈ ਲਏ, ਅਤੇ ਬਾਕੀ ਪੁਲਿਸ ਵਾਲਿਆਂ ਕੋਲ ਸੀ। ਮੈਂ ਪੁਲਿਸ ਵਾਲਿਆਂ ਨੂੰ ਬੇਨਤੀ ਕੀਤੀ, ਮੈਂ ਯਾਰ ਤੁਹਾਨੂੰ ਮੈਂ ਹੋਰ ਪਾਸੇ ਦਬਾ ਦਿੰਦਾ ਰਹਿਣ ਵਾਸਤੇ, ਅਤੇ ਉਹ ਪੁਲਿਸ ਵਾਲੇ ਕਹਿੰਦੇ ਸਾਨੂੰ ਕੋਈ ਦਿੰਦਾ ਨਹੀਂ ਕਿ ਵੀ ਇਸ ਤਰ੍ਹਾਂ, ਮੈਂ ਨਹੀਂ ਤੁਹਾਨੂੰ ਮੈਂ ਦਵਾਊਂਗਾ। ਮੈਂ ਉਹਨਾਂ ਨੂੰ ਕਮਰੇ ਬਾਹਰ ਦਵਾਤੇ, ਅਤੇ ਮੈਂ ਉਹ ਸਾਰੇ ਦਫ਼ਤਰ ਖੜਾ ਦਿੱਤੇ ਜੀ, ਜਾਣੀ ਕਿ ਚਾਰ ਦਫ਼ਤਰ ਮੈਂ ਆਪਣੇ ਕੋਲ ਖੜਵਾਏ ਸੀ ਸਪੈਸ਼ਲ,
ਫਿਰ ਉਹ ਮਾਰਕੀਟ ਸਥਾਪਿਤ ਹੋ ਗਈ ਪੂਰੀ। ਔਰ ਜੇ ਮਾਰਕੀਟ ਸਥਾਪਿਤ ਆ ਤਾਂ ਮਾਰਕੀਟ ਦੇ ਵਿੱਚ ਰਹਿਣ ਦੇ ਵਾਸਤੇ ਤੁਹਾਨੂੰ ਸਥਾਪਿਤ ਹੋਣਾ ਪੈਂਦਾ। ਜੈਸਮੀਨ ਚੋਟੀਆ ਇਹਨਾਂ ਦੇ ਨਾਲ ਨੇ ਔਰ ਅੱਜ ਇਹ ਇੱਕ ਸੰਗੀਤਕ ਮਹਿਫਲ ਹੈ, ਪਰਿਵਾਰਕ ਮਾਹੌਲ ਵਾਲੀ ਗੱਲ ਕਰਾਂਗੇ, ਇਹਨਾਂ ਤੋਂ ਵੀ ਕੁਛ ਸੁਣਦੇ ਹਾਂ। ਸਤਿ ਸ਼੍ਰੀ ਅਕਾਲ ਜੀ ਇੱਕ ਵਾਰ ਫਿਰ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਹੋਰ ਸੁਣਾਓ ਜੀ ਕਿੱਦਾਂ, ਠੀਕ ਹੋ? ਹਾਂ ਬਿਲਕੁਲ ਜੀ, ਮੇਰੇ ਖਿਆਲ 'ਚ ਸੁਣਾਓ ਤਾਂ ਅੱਜ ਤੁਸੀਂ, ਹੈ ਨਾ, ਕੁਛ ਸੋਲੋ ਸੁਣਾਓਗੇ ਕੋਈ? ਹਾਂਜੀ ਹਾਂਜੀ ਜ਼ਰੂਰ ਜੀ ਜ਼ਰੂਰ, ਕਿਉਂਕਿ ਮੇਰੇ ਕਾਫੀ ਸੌਂਗ ਮਾਰਕੀਟ 'ਚ ਆ ਚੁੱਕੇ ਨੇ ਅਤੇ ਮੈਂ ਤੁਹਾਨੂੰ ਸੌਂਗ ਸੁਣਾ ਰਹੀ ਹਾਂ ਇੱਕ ਧੀਆਂ ਵਾਲਾ, ਧੀਆਂ ਦੀ ਸੋਚ। ਅਤੇ ਬਹੁਤ ਜ਼ਿਆਦਾ ਪਿਆਰ ਦਿੱਤਾ ਇਹ ਸੌਂਗ ਨੂੰ, ਕਨੇਡਾ ਅਮੈਰੀਕਾ ਵੀ ਬਹੁਤ ਜ਼ਿਆਦਾ ਇਹਨੂੰ ਪਸੰਦ ਕੀਤਾ। ਧੀਆਂ ਦੇ ਦੁੱਖ ਡਾਡੇ ਵੇ ਲੋਕੋ, ਹਾਏ ਦੁੱਖ ਨਾ ਐਡਾ ਕੋਈ, ਧੀ ਤੇ ਤਿੱਤਲੀ ਲੋਕੀ ਕਹਿੰਦੇ, ਹਾਏ ਵੇਖੀ ਨਾ ਜਾਵੇ ਮੋਈ, ਲੇਖ ਲਿਖਦਾ ਕਿਸੇ ਦੇ ਮਾੜੇ ਰੱਬ ਨਾ, ਹੱਲ ਲੱਭ ਜਾਂਦੇ ਚਾਹੇ ਜੁਕੀ ਲੱਭਣਾ, ਉਹ ਲੇਖ ਲਿਖਦਾ ਕਿਸੇ ਦੇ ਮਾੜੇ ਰੱਬ ਨਾ, ਹੱਲ ਲੱਭ ਜਾਂਦੇ ਚਾਹੇ ਜੁਕੀ ਲੱਭਣਾ, ਧੀ ਆਪਣੀ ਹੋਵੇ ਤੇ ਭਾਵੇਂ ਕਿਸੇ ਦੀ, ਆਪਣੀ ਹੋਵੇ ਤੇ ਭਾਵੇਂ ਕਿਸੇ ਦੀ, ਮਾੜੇ ਕੰਮੋਂ ਟੋਕਣਾ ਪਊ, ਧੀਆਂ ਕੁੱਖਾਂ ਵਿੱਚੋਂ ਮਾਰਨੋਂ ਜੇ ਰੋਕਣਾ, ਧੀਆਂ ਨੂੰ ਵੀ ਸੋਚਣਾ ਪਊ, ਧੀਆਂ ਕੁੱਖਾਂ ਵਿੱਚੋਂ ਮਾਰਨੇ ਜੋ ਰੋਕਣਾ, ਧੀਆਂ ਨੂੰ ਵੀ ਸੋਚਣਾ ਪਊ। ਬਹੁਤ ਵਧੀਆ ਜੀ। ਔਰ ਚੋਟੀਆਂ ਸਾਹਿਬ ਮਾਈਕ ਤੁਹਾਡੇ ਕੋਲ ਲੈ ਕੇ ਆਉਣੇ ਆ, ਅਤੇ ਮੈਨੂੰ ਕਿਉਂਕਿ ਮੈਂ ਨਾਲ ਨਾਲ ਜਿਹੜੀ ਮੇਰੀ ਪਸੰਦ ਹੈ ਮੈਂ ਉਹ ਵੀ ਤੁਹਾਡੇ ਤੋਂ ਸੁਣਨੀ ਹੈ, ਕਿਉਂਕਿ ਇੱਕ ਤੁਸੀਂ ਗਾਉਣੇ ਹੁੰਦੇ ਹੋ ਆਲਮ ਸਾਹਿਬ ਦਾ, ਮੈਨੂੰ ਸਭ ਜੀ ਮੇਰੇ ਖਿਆਲ ਦੇ ਵਿੱਚ, ਹੈ ਨਾ, ਉਹ ਵੀ ਰੰਗ ਅਸੀਂ ਦਿਖਾ ਦਈਏ। ਹੋ ਛੱਤੀ ਭੈਣ ਨੇ ਆਖਿਆ ਵੇ ਤੂੰ ਮਿਰਜ਼ਾ ਮੇਰੀ ਮਲ, ਵੇ ਤੂੰ ਨਾ ਜਾ ਸਹਿਬਾਂ ਵਿਆਉਣ ਨੂੰ, ਮੇਰੀ ਪਰਸੋਂ ਆਉਣੀ ਜਲ, ਤੇਰੇ ਸਿਰ ਤੇ ਕਾਲ ਵੇ ਕੂਕਦਾ, ਹੋ ਬੱਕੀ ਮੋੜਤ ਬੇਲੇ ਬਲ। ਆਲਮ ਲੋਹਾਰ ਸਾਹਿਬ ਮਿਰਜ਼ੇ ਬਾਰੇ ਕਿਆ ਕਰਦੇ ਸੀ, ਮੈਨੂੰ ਸਭੇ ਪੀੜਾਂ ਨੇ ਮੰਦੀਆਂ, ਇੱਕ ਬੁਰੀ ਭਾਈਆਂ ਦੀ ਪੀੜ, ਹੋ ਪੁੱਤਰ ਮੋਏ ਨੀ ਫੁੱਲ ਦੇ ਆਲਮਾ ਵੇ, ਭਾਵੇਂ ਹੋ ਕੇ ਮਰਨ ਫਕੀਰ, ਖਾਧਿਆ ਤਾਂ ਮਨ ਨੀ ਰੱਜਦਾ, ਠੱਲਿਆ ਨੀ ਰਹਿੰਦਾ ਨੀਰ, ਕਾਨੂੰ ਭੈਣਾਂ ਨੇ ਜਿਉਂਦੀਆਂ ਵੇ, ਵਿਛੜ ਜਾਣ ਜਿਨ੍ਹਾਂ ਦੇ ਵੀਰ। ਚੋੜੀਆਂ ਸਾਹਿਬ ਇੰਨੇ ਹਾਈ ਪਿੱਚ 'ਤੇ ਤੁਸੀਂ ਗਾਉਣੇ ਹੋ, ਪਰ ਦੁਗਾਣੇ ਗ੍ਰਾਮ 'ਚ ਹੀ ਗਾਉਣੇ ਹੋ ਫਿਰ? ਹਾਈ ਪਿੱਚ ਦੇ ਦੁਗਾਣੇ ਵੀ ਗਾ ਲਈਦੇ ਹੈ। ਅੱਛਾ, ਅਤੇ ਉਹ ਵੀ ਰੰਗ ਸੁਣਾਓ ਫਿਰ ਅੱਜ, ਕਿਉਂਕਿ ਬਹੁਤੇ ਗੀਤ ਆ ਜਿਹੜੇ ਦੁਗਾਣੇ ਨੇ ਗ੍ਰਾਮ ਦੇ ਵਿੱਚ ਹੀ ਗਾਏ ਜਾਂਦੇ ਨੇ, ਪਰ ਹਾਈ ਪਿੱਚ ਵਾਲੇ ਬਹੁਤ ਥੋੜ੍ਹੇ ਆ, ਪਰ ਜਿਹੜੇ ਮੈਨੂੰ ਲੱਗਦਾ ਗਾਏ ਜਾਂਦੇ ਉਹਨਾਂ ਨੂੰ ਸੁਣੇ ਵੀ ਬਹੁਤ ਵਧੀਆ ਜਾਂਦੇ ਆ। ਹਾਂਜੀ, ਕਈ ਵਾਰੀ ਇੱਦਾਂ ਹੁੰਦਾ ਵੀ ਮੈਡਮ ਕਹਿੰਦੀ ਵੀ ਗਲਾ ਖਰਾਬ ਹੈ, ਮੈਂ ਥੋੜ੍ਹਾ ਕਿਹੜਾ ਸੁਰੱਖਣਾ, ਕਹਿੰਦੇ ਦੂਜਾ ਰੱਖ ਲਓ, ਦੂਜਾ ਐਂ ਚਲਾ ਜਾਂਦਾ ਕੰਮ। ਚਲੋ ਹੁਣ ਆਪਾਂ ਤੁਹਾਨੂੰ ਸੁਣਾ ਦਿੰਦੇ ਹਾਂ ਜੀ। ਜੀ, ਮੇਰੇ ਖਿਆਲ 'ਚ ਮੈਨੂੰ ਇਹੀ ਹੈ ਕਿ ਗੱਲਾਂ 'ਤੇ ਨਾਲੇ ਗੀਤ ਚੱਲਦੇ ਹੀ ਰਹਿਣ। ਹੋ ਰੱਬ ਵਰਗਾ ਤੇਰਾ ਯਾਰ ਕੁੜੇ, ਤੂੰ ਸੱਚਮੁੱਚ ਦਿੱਤਾ ਮਾਰ ਕੁੜੇ, ਸਭ ਵਰਗਾ ਤੇਰਾ ਯਾਰ ਕੁੜੇ, ਤੂੰ ਸੱਚਮੁੱਚ ਦਿੱਤਾ ਮਾਰ ਕੁੜੇ, ਉਹ ਖਾਧੀਆਂ ਕਸਮਾਂ ਭੁੱਲ ਗਈ ਨੀ, ਖਾਧੀਆਂ ਕਸਮਾਂ ਭੁੱਲ ਗਈ ਨੀ, ਲੈ ਸਿਰ ਸੂਹੀ ਫੁਲਕਾਰੀ, ਅੱਖ ਵਾਂਗੂ ਟੁੱਟ ਗਈ ਨੀ, ਤੂਤ ਦੇ ਮੋਛੇ ਵਰਗੀ ਯਾਰੀ, ਅੱਕ ਵਾਂਗੂ ਟੁੱਟ ਗਈ ਨੀ, ਤੂਤ ਦੇ ਮੋਛੇ ਵਰਗੀ ਯਾਰੀ, ਤੈਨੂੰ ਦੱਸ ਕਿਵੇਂ ਸਮਝਾਵਾਂ ਵੀ, ਕਿੰਜ ਸੀਨਾ ਚੀਰ ਬਖਾਵਾਂ ਵੀ, ਤੈਨੂੰ ਦੱਸ ਕਿਵੇਂ ਸਮਝਾਵਾਂ ਵੇ, ਕਿੰਜ ਸੀਨਾ ਚੀਰ ਬਖਾਵਾਂ ਵੇ, ਫੱਟ ਦਿਲ ਦੇ ਅੱਲਿਆਂ ਤੇ, ਫੱਟ ਦਿਲ ਦੇ ਅੱਲਿਆਂ ਤੇ, ਬੈਰੀਆ ਜਾਨਾ ਮਿਰਚਾਂ ਲਾਈ, ਚੰਦਰੀ ਦੇ ਲੇਖਾਂ ਨਾਲ ਵੇ ਕੀਤੀ ਹੋਣੀ ਨੇ ਮਨ ਆਈ, ਚੰਦਰੀ ਦੇ ਲੇਖਾਂ ਨਾਲ ਵੇ ਕੀਤੀ ਹੋਣੀ ਨੇ ਮਨ ਆਈ। ਅਤੇ ਬਾਈ ਜੀ, ਜਦੋਂ ਇਹੋ ਜਿਹੇ ਗੀਤ ਗਾਉਣੇ ਹੋ ਜਾਂ ਸਮਾਜਿਕ ਅਤੇ ਪਰਿਵਾਰਕ ਗੀਤ ਹੈ, ਬਹੁਤੇ ਵਾਰੀ ਡਿਮਾਂਡ ਇਹ ਜੀ ਵੀ ਆਉਂਦੀ ਹੋ ਚੱਕਵਾਂ ਜਾਂ ਕੋਈ ਆਉਣ ਦੇ,
ਹੁੰਦਾ ਨਹੀਂ ਕਦੇ ਕਹਿੰਦੇ ਹੁੰਦੇ ਫਿਰ ਚੱਕਵਾਂ ਚੱਕਵਾਂ ਫਿਰ ਆਪਾਂ ਇਹਨਾਂ 'ਚੋਂ ਚੱਕਵਾਂ ਬਣਾ ਲਈਦਾ ਆਪਦੀ ਗੱਲ ਦੀ ਗੱਲ ਕਰਕੇ ਉਹ ਜੀ ਉਹਨਾਂ ਨੂੰ ਚੱਕਵਾਂ ਬਣਾ ਲਈਦਾ ਵੀ ਗੁਜ਼ਾਰੋ ਹਾਂ ਠੀਕ ਹੈ ਨਾ ਗੱਲ ਇਹੀ ਹੈ ਕਿ ਇੱਕ ਜ਼ਿੰਮੇਵਾਰੀ ਵੀ ਹੈ ਹੈ ਨਾ ਤੁਹਾਡੇ 'ਤੇ ਪਰ ਮੈਂ ਇੱਥੇ ਹੀ ਲਿਆਉਣਾ ਚਾਹੁੰਦਾ ਸੀ ਜੋ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਹੋ ਰਿਹਾ ਕਾਫੀ ਦੋਸ਼ ਲੱਗਦਾ ਕਿ ਗਾਇਕਾਂ ਨੇ ਲੋਕਾਂ ਨੂੰ ਭੜਕਾ ਤਾ ਜਾਂ ਗੀਤ ਆ ਜਿਹੜੇ ਉਹ ਉਕਸਾਊ ਨੇ ਤੁਸੀਂ ਕੀ ਸੋਚ ਰਹੇ ਹੋ ਕਿ ਸੱਚੀ ਹੈਗੇ ਆ ਜਾਂ ਨਹੀਂ ਨਹੀਂ ਹੈਗੇ ਭਾਅ ਜੀ ਗੀਤ ਨਾ ਜਿਹੜੇ ਗੀਤ ਲੜਾਈ ਝਗੜਨੇ ਜਾਂ ਬੰਦੂਕਾਂ ਵਾਲੇ ਹੈ ਨਾ ਇੱਦਾਂ ਦੇ ਵੀ ਮਾਰ ਮਾਰਾਈ ਵਾਲੇ ਗੀਤ ਨਾ ਇਹ ਗੀਤ ਫਿਰ ਜਿਹੜੇ ਜਿਹੜੀ ਟੀਨੇਜ ਲੋਕ ਸੁਣਦੇ ਆ ਉਹਨਾਂ ਦੇ ਦਿਮਾਗ 'ਤੇ ਬੁਰਾ ਅਸਰ ਹੀ ਹੁੰਦਾ ਇਹਨਾਂ ਦਾ ਠੀਕ ਹੈ ਨਾ ਹੁਣ ਪਾਉਣ ਤੱਕ ਅਸੀਂ ਚਾਹੁੰਦੀ ਹੁੰਦੀ ਬਸ ਉਹੀ ਆਉਂਦੀ ਹੈ ਜਿਹੜੀ ਪਾਉਣ ਠੀਕ ਹੈ ਨਾ ਇਹ ਗੱਲਾਂ ਨੇ ਹੋਰ ਤਾਂ ਕੋਈ ਗੱਲ ਨਹੀਂ ਪਾਉਣ ਇੱਕ ਪਾਉਣ ਪੂਰੇ ਦੀ ਵਗਦੀ ਹੁੰਦੀ ਹੈ ਕੋਈ ਉਹੋ ਜਿਹਾ ਗੀਤ ਹੈਗਾ ਤੁਹਾਡੇ ਚੇਤੇ ਹਾਂਜੀ ਵਗੇ ਠੰਡੀ ਠੰਡੀ ਵਾ ਹਾਂ ਉਹ ਸੋਹਣਾ ਗੀਤ ਹੈ ਨਾ ਨਹੀਂ ਤੂੰ ਪੀਂਘ ਨਾ ਚੜਾ ਹਾਂਜੀ ਚੋਟੀਆ ਜੀ ਦਾ ਸੌਂਗ ਹੈ ਸੌਣ ਦੇ ਮਹੀਨੇ ਬਿਲਕੁਲ ਬੜਾ ਸੋਹਣਾ ਗੀਤ ਆ ਬਾਈ ਜੀ ਚੇਤੇ ਕਰਾਦਾ ਹੁੰਦਾ ਟਾਈਮ ਨਾਲ ਹੀ ਕੋਈ ਗੱਲ ਦੂਜਾ ਹੋ ਵਗੇ ਠੰਡੀ ਠੰਡੀ ਵਾ ਨਹੀਂ ਤੂੰ ਪੀਂਘ ਨਾ ਚੁੱਟਾ ਉਹ ਵਗੇ ਠੰਡੀ ਠੰਡੀ ਵਾ ਨੀ ਤੂੰ ਪੀਂਗ ਨਾ ਚੁੱਟਾ ਸਾਡੀ ਮਨ ਲੈ ਪਤਲੀ ਇਹ ਨਾਰੇ ਕਹੇਗੀ ਨੁਕਸਾਨ ਹੋ ਗਿਆ ਪੀਂਗ ਸੋਚ ਕੇ ਸੋਚ ਕੇ ਸੋਚ ਕੇ ਚੜਾਈ ਮੁਟਿਆਰੇ ਆਕਾਸ਼ ਬੇਈਮਾਨ ਹੋ ਗਿਆ ਆਕਾਸ਼ ਬੇਈਮਾਨ ਹੋ ਗਿਆ ਬਾਈ ਜੀ ਤੁਹਾਡੀ ਗਾਇਕੀ ਦੇ ਉੱਤੇ ਮਾਣਕ ਸਾਹਿਬ ਦਾ ਬਹੁਤ ਜ਼ਿਆਦਾ ਪ੍ਰਭਾਵ ਹੈ ਤੁਸੀਂ ਗਾ ਸੰਗਤ ਵੀ ਕੀਤੀ ਮੌਕੇ ਵੀ ਮਿਲਦੇ ਰਹੇ ਰਲ ਕੇ ਗਾਉਂਦੇ ਵੀ ਰਹੇ ਤੇ ਹਾਂਜੀ ਹਾਂਜੀ ਕਿਹੜੇ ਕਿਹੜੇ ਗਾਇਕਾਂ ਦੇ ਨਾਲ ਕੋਰਸ ਜਾਂ ਹੋਰ ਸਾਥ ਦਿੰਦੇ ਰਹੇ ਜਦੋਂ ਸ਼ੁਰੂਆਤ ਕੀਤੀ ਸ਼ੁਰੂਆਤ ਤਾਂ ਦੇਖੋ ਜੀ ਮਾਣਕ ਸਾਹਿਬ ਨਾਲ ਕਾਫੀ ਸਟੇਜਾਂ 'ਤੇ ਗਿਆ ਅਤੇ ਉੱਦਾਂ ਸਟੇਜ ਇਕੱਠੀਆਂ ਸਾਰੀਆਂ ਸਟੇਜਾਂ ਜਿਵੇਂ ਮੇਰੇ ਵੀ ਸਟੇਜ ਸੀ ਇੱਥੇ ਸੁਰਿੰਦਰ ਸ਼ਿੰਦਾ ਜੀ ਵੀ ਲਾਇਆ ਸਰਦੂਰ ਭਾਅ ਜੀ ਨਾਲ ਵੀ ਠੀਕ ਹੈ ਨਾ ਅਤੇ ਗੁਰਦਾਸ ਮਾਨ ਸਾਹਿਬ ਵੀ ਇਕੱਠੇ ਇਹਨਾਂ ਸਟੇਜਾਂ 'ਤੇ ਸੀ ਇਕੱਠੇ ਗਾਇਆ ਗਾ ਬਹੁਤ ਵਾਰੀ ਵੀ ਮੈਂ ਵੀ ਗਾਇਆ ਉਹਨਾਂ ਨੇ ਵੀ ਗਾਇਆ ਉਸ ਸਟੇਜ 'ਤੇ ਹੈ ਨਾ ਇੱਦਾਂ ਵੀ ਕੋਈ ਜਿਹੜਾ ਸੰਗਤ ਜਿਹੜੀ ਕੋਰਸ ਬੋਲਦੀ ਆ ਬੈਕ 'ਤੇ ਸਾਥ ਦੇਣਾ ਉਹ ਮੈਂ ਮਾਨਕ ਸਾਹਿਬ ਨੇ ਜ਼ਿਆਦਾ ਰਿਹਾ ਔਰ ਉਸੇ ਪਿੱਚ ਦੇ ਉੱਤੇ ਗੱਲ ਪਹੁੰਚ ਵੀ ਜਾਂਦੀ ਹੈ ਨੀ ਮੈਂ ਚਾਦਰ ਗੜਦੀ ਤੇ ਉੱਤੇ ਪਾਵਾਂ ਵੇਲਾ ਹਾਂ ਬਿਲਕੁਲ ਬਿਲਕੁਲ ਬੂਰ ਪਿਆ ਕਣਕਾਂ ਨੂੰ ਮਾਏ ਤੇ ਵਿੱਚ ਬਾਗੀ ਅੰਬੀਆਂ ਪੱਕੀਆਂ ਅੱਗ ਦੇ ਭਾਂਬੜ ਵਰਗੀਆਂ ਥੀਆਂ ਨੀ ਤੈਂ ਸਾਂਭ ਬੁੱਕਲ ਵਿੱਚ ਰੱਖੀਆਂ ਹੋ ਗਿਰਮੇ ਦਿਨਾਂ ਦੀਆਂ ਸਾਂਝਾਂ ਬੇ ਬਾਬਲ ਅਸਾਂ ਸਿੱਧਕਾਂ ਨਾਲ ਹੰਡਾਈਆਂ ਹਾ ਕੂੰਜਾ ਵਾਂਗ ਪਰੌਣੀਆਂ ਥੀਆਂ ਤੇਰੇ ਵੇੜੇ ਦੋ ਦਿਨ ਆਈਆਂ ਮੈਂ ਚਾਦਰ ਕੱਢਦੀ ਨੀ ਗਿਣ ਤੋਪੇ ਪਾਵਾਂ ਹੋ ਜਾਮਣ ਦੀ ਛਾਂ ਹੇਠਾਂ ਨੀ ਮੈਂ ਪੀੜਾ ਡਾਵਾਂ ਚਿੜੀਆਂ ਦੀ ਚੀ ਚੀ ਨੀ ਤੋਤਿਆਂ ਦੀ ਟੁਕਣੀ ਦਿਲ ਫੜ ਕੇ ਸੋਚਾਂ ਨੀ ਨਾਲੇ ਸ਼ਰਮਾਵਾਂ ਦਿਲ ਫੜ ਕੇ ਸੋਚਾਂ ਨੀ ਨਾਲੇ ਸ਼ਰਮਾਵਾਂ ਬਾਈ ਜੀ ਇੱਕ ਪਾਸੇ ਤੁਹਾਡੇ ਰੁਝੇਵੇਂ ਨੇ ਤੁਸੀਂ ਗਾਇਕ ਹੋ ਦੂਜੇ ਪਾਸੇ ਅਧਿਆਪਕ ਹੋ ਤੀਜੇ ਪਾਸੇ ਇੱਕ ਕਬੀਲਦਾਰ ਪਤੀ ਵੀ ਹੋ ਫਿਰ ਘਰੇ ਕਿਹੋ ਜਿਹਾ ਕੁਛ ਕਰਨਾ ਪੈਂਦਾ ਪਤਾ ਨਹੀਂ ਆਪੀ ਹੋਈ ਜ਼ਿੰਮੇਵਾਰੀਆਂ ਚੁੱਲ੍ਹੇ ਚੌਂਕੇ ਦੀਆਂ ਜਾਂ ਕੋਈ ਸਾਰੇ ਕੁਝ ਚੱਲ ਜਾਂਦਾ ਕੜਛੀ ਵੀ ਘੁਮਾ ਲਈਦੀ ਹੈ ਕਦੇ ਕਦੇ ਉਹ ਤਾਂ ਗੱਲ ਸਹੀ ਹੈ ਫਿਰ ਹੈ ਨਾ ਵਧੀਆ ਘੁੰਮਦੀ ਹੈ ਅਤੇ ਕੁਛ ਕੁ ਅਸੀਂ ਜੇ ਪਰਿਵਾਰਕ ਗੱਲਾਂ ਕਰਨੀਆਂ ਹੋਣ ਤੁਸੀਂ ਲੰਮੇ ਸਮੇਂ ਤੋਂ ਹੈ ਨਾ ਰਹਿ ਰਹੇ ਹੋ ਪਰਿਵਾਰ ਹੈ ਪਰ ਦੁੱਖ ਅਤੇ ਸੁੱਖ ਜ਼ਿੰਦਗੀ ਦਾ ਹਿੱਸਾ ਰਹੇ ਹੁਣ ਅਗਲੀਆਂ ਪਲਾਨਿੰਗ ਕੀ ਨੇ ਗਾਇਕੀ ਵਾਲੇ ਪਾਸੇ ਪਰਿਵਾਰ ਬਹੁਤੇ ਗਾਇਕ ਆ ਵਿਦੇਸ਼ ਜਾਣਾ ਚਾਹੁੰਦੇ ਨੇ ਤੁਸੀਂ ਹਜੇ ਵੀ ਇੱਥੇ ਹੋ ਕੀ ਸੋਚ ਰਹੇ ਹੋ ਹਾਂਜੀ ਕੈਨੇਡਾ ਬਾਰੇ ਸੋਚ ਰਹੇ ਹਾਂ ਅਤੇ ਬਾਕੀ ਪਲੈਨਿੰਗ ਫਿਲਮ ਵਗੈਰਾ ਵਾਸਤੇ ਐਕਟਿੰਗ ਵਾਸਤੇ ਲੇਟ ਨਹੀਂ ਸੋਚਿਆ ਥੋੜ੍ਹਾ ਜਿਹਾ ਨਹੀਂ ਲੇਟ ਤਾਂ ਕਾਫੀ ਫਿਲਮਾਂ 'ਚ ਐਕਟਿੰਗ ਕਰ ਚੁੱਕੇ ਹਾਂ ਬਲੈਕੇ 'ਚ ਮੇਰੇ ਟੀਚਰ ਦਾ ਕਰੈਕਟਰ ਸੀਗਾ ਔਰ ਹੁਣ ਜਸ ਸਿੱਧੂ ਅਤੇ ਨਾ ਜਸ ਵਾਨਕ ਉਹਨਾਂ ਦੀ ਮੂਵੀ ਆ ਰਹੀ ਆ ਮਿਰਜ਼ੇ ਉਹਨਾਂ ਵਿੱਚ ਵੀ ਮੇਰਾ ਕਰੈਕਟਰ ਆ ਵਧੀਆ ਮਾਮੀ ਦਾ ਕਰੈਕਟਰ ਹੈਗਾ ਬਾਕੀ ਫੀਚਰ ਮੂਵੀਆਂ ਕਾਫੀ ਬਸ ਇਹੀ ਫਰਕ ਆ ਕਿ ਹੁਣ ਮਾਮੀ ਰਹਿ ਗਏ ਇਹ ਤਾਂ ਉਮਰ ਦਾ ਫਰਕ ਰਹਿ ਗਿਆ ਨਾ ਮੇਰੇ ਖਿਆਲ ਦੇ ਵਿੱਚ ਜੇ ਕਿਤੇ 20 ਸਾਲ ਪਹਿਲਾਂ ਸੋਚਿਆ ਹੁੰਦਾ ਸੀ ਫਿਰ ਮਾਡਲ ਹੋ ਜਾਣਾ ਸੀ
ਨਹੀਂ ਨਹੀਂ ਇਹ ਵੀ ਇੱਕ ਕਰੈਕਟਰ ਹੁੰਦੇ ਨੇ ਹੈ ਨਾ ਜੀ। ਹਾਂਜੀ ਜਿੱਦਾਂ ਦੇ ਕਹਿੰਦੇ ਉਹਨੂੰ ਉਹ ਕਰੈਕਟਰ ਸੋਚ ਕੇ ਦਿੰਦੇ ਹੁੰਦੇ ਨੇ, ਜਿਵੇਂ ਤੁਹਾਡੀ ਪਰਸਨੈਲਿਟੀ ਦੇ ਮੁਤਾਬਕ ਤੁਹਾਨੂੰ ਦੱਸਣਗੇ ਤੁਹਾਡੇ 'ਤੇ ਕਿਹੜਾ ਕਰੈਕਟਰ ਅੱਛਾ ਲੱਗੇਗਾ। ਔਰ ਗੀਤ ਸੰਗੀਤ ਵਾਲੇ ਪਾਸੇ ਚੱਲੀਏ, ਕਿਉਂਕਿ ਤੁਸੀਂ ਵੀ ਇੱਕ ਇਹੋ ਜਿਹੇ ਪਿਛੋਕੜ 'ਚੋਂ ਆਏ ਹੋ ਜਿੱਥੇ ਸ਼ੁਰੂ ਤੋਂ ਹੀ ਗੀਤ ਸੰਗੀਤ ਦਾ ਮਾਹੌਲ ਸੀ ਬਾਈ ਜੀ ਹੋਰਾਂ ਦੇ ਨਾਲ। ਹੁਣ ਘਰ ਵੀ ਜੇ ਕੋਈ ਲੜਾਈ ਝਗੜਾ ਵੀ ਹੁੰਦਾ ਉਦੋਂ ਵੀ ਸੁਰਾਂ 'ਚ ਹੀ ਗਾਲਾਂ ਕੱਢਦੇ ਹੋ ਜਾਂ ਫਿਰ ਕੋਈ ਚੱਲ ਪੈਂਦਾ ਕੰਮ? ਨਹੀਂ 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 ਲੜਦੀ ਕਹੋਗੇ ਲੜਦੇ? ਹਾਂ ਮੈਨੂੰ ਪਤਾ ਸੀ ਇਹੀ ਹੁੰਦਾ ਅਕਸਰ। ਨਹੀਂ ਹਾਂ ਉਹ ਤਾਂ ਤੂੰ ਤੂੰ ਮੈਂ ਤਾਂ ਹੁੰਦੀ ਹੁੰਦੀ ਰਹਿੰਦੀ, ਜੇ ਦੋ ਭਾਂਡੇ ਹੁੰਦੇ ਤਾਂ ਕੜਕਦੇ। ਉਹੀ ਪੁੱਛਦਾ ਵੀ ਉਹ ਸਰਗਮਾਂ 'ਚ ਚੱਲਦਾ ਜਾਂ ਵੈਸੇ? ਇੱਦਾਂ ਵੀ ਜਿਹੜੀ ਲੜਾਈ ਜਿਹੜੀ ਹੁੰਦੀ ਆ ਬੋਲ ਬਾਣੀ ਉਹ ਤਾਂ ਸੁਰਾਂ 'ਚ ਹੁੰਦੀ ਹੈ, ਅਤੇ ਜਿਹੜੀ ਭਾਂਡੇ ਜਿਵੇਂ ਖੜਕਣ ਵਾਲੀ ਗੱਲ ਹੁੰਦੀ ਉਹ ਬੇਤਾਲੇ ਹੋ ਜਾਂਦੇ ਕਦੇ ਕਦੇ, ਕਿਉਂਕਿ ਪਤਾ ਹੀ ਨਾ ਵੀ ਉਹਦੇ ਕਿਹੜੇ ਸਮ 'ਤੇ ਕਿੱਥੇ ਨਿਕਲਿਆ ਕਹਿੰਦੇ ਆਉਣਾ ਸਮ 'ਤੇ ਆਉਣਾ ਸਮ 'ਤੇ ਪੈਂਦਾ। ਚੋੜੀਆ ਸਾਹਿਬ ਕੋਈ ਤੁਹਾਡਾ ਜਿਹੜਾ ਸੁਣਨਾ ਲੱਗਦਾ ਹੋਵੇ ਕਿ ਆਹ ਗੀਤ ਹੈ ਜਿਹੜਾ ਦਰਸ਼ਕਾਂ ਨਾਲ ਸਾਂਝਾ ਕਰ ਦੇਣਾ ਚਾਹੀਦਾ? ਵੈਸੇ ਤਾਂ ਲੋਕ ਤੱਥ ਮੈਂ ਜ਼ਿਆਦਾ ਗਾਏ ਨੇ ਨਾ, ਡਿਊਟ ਵੀ ਗਾਏ, ਲੋਕ ਤੱਥ ਵੀ ਗਾਏ ਆ, ਅਤੇ ਗਾਈ ਇੱਕ ਮਾਹੀਆ ਸੀ ਗਾਇਆ ਸੀਗਾ ਉਹ ਗਾ ਸੁਣਾ ਦੇਣਾ ਤੁਹਾਨੂੰ ਥੋੜ੍ਹਾ ਜਿਹਾ। ਡਿਊਟ ਹੈ ਮਾਈ ਡਿਊਟ ਡਿਊਟ ਹਾਂ ਸਟਾਰਟ ਮੈਡਮ ਤੋਂ ਹੁੰਦਾ, ਕਰੋ ਜੀ ਸਟਾਰਟ। ਵੇ ਸੁਣ ਜਾਉਣੇ ਜੋਗਿਆ ਮਾਈਆ ਮੈਂ ਦੱਸਾਂ ਦਰਦ ਕਹਾਣੀ ਬਹਿੰਦਾ ਅੱਖੀਆਂ ਵਿੱਚੋਂ ਪਾਣੀ, ਸਾਰੀ ਉਲਝ ਗਈ ਏ ਤਾਣੀ, ਰਾਤ ਨੂੰ ਨੀਂਦ ਨਾ ਆਵੇ ਨੀ, ਆੜਤੀਏ ਦਾ ਕਰਜ਼ਾ ਦਿਨੋਂ ਦਿਨ ਵੱਧਦਾ ਜਾਵੇ ਨੀ, ਆੜਤੀਏ ਦਾ ਕਰਜ਼ਾ ਦਿਨੋਂ ਦਿਨ ਵੱਧਦਾ ਜਾਵੇ ਨੀ, ਹੁੰਦਾ ਵਿਆਜ ਸੱਪ ਤੋਂ ਛੋਲਾ। ਥੋੜ੍ਹੇ ਸਾਹਿਬ ਮੈਂ ਬਹੁਤ ਥੋੜ੍ਹੇ ਗਾਇਕਾਂ ਨੂੰ ਇਹੋ ਜਿਹਾ ਨੂੰ ਜਾਣਦਾ ਜਿਹੜੇ ਪੜ੍ਹਦੇ ਵੀ ਆ, ਤੁਸੀਂ ਤਾਂ ਪੜ੍ਹਾਉਂਦੇ ਵੀ ਹੋ ਸਾਹਿਤ, ਮੈਨੂੰ ਇੱਕ ਲਾਸਟ ਸਵਾਲ ਹੀ ਹੈ ਕਿ ਕਿਹੜਾ ਕਿਹੜਾ ਪੜ੍ਹਿਆ? ਹੁਣ ਤਾਂ ਵੈਸੇ ਇਹ ਪੁੱਛਣਾ ਚਾਹੀਦਾ ਕਿ ਰਹਿ ਕਿਹੜਾ ਕਿਹੜਾ ਗਿਆ ਜਿਹੜੇ ਦੇ ਉੱਤੇ ਨਜ਼ਰ ਆ ਕਿ ਨਾ ਨਹੀਂ ਪੜ੍ਹਿਆ ਗਿਆ? ਕਿਤਾਬਾਂ 'ਚੋਂ ਮੈਂ ਐਰਫ ਵਰਡ ਪੜ੍ਹਿਆ, ਮੈਕਸੀਕੋ ਗੋਰਕੀ ਪੜ੍ਹਿਆ, ਅਸਲੀ ਇਨਸਾਨ ਦੀ ਕਹਾਣੀ ਪੜ੍ਹੀ ਹੈ, ਤਾਂ ਕਮਾਲ ਦੀ ਗੱਲ। ਹਾਂਜੀ ਹਾਂਜੀ, ਪੰਜਵਾਂ ਸਾਹਿਬਜ਼ਾਦਾ ਪੜ੍ਹਿਆ, ਬਾਕੀ ਹੁਣ ਪੜ੍ਹੀ ਜਾਂਦੇ ਹਾਂ, ਮੈਂ ਹੁਣ ਸਦਾਮ ਸੈਨ ਲੈ ਕੇ ਆਏਗਾ ਹੁਣ ਦੇਖਦੇ ਹਾਂ ਸ਼ੁਰੂ ਕੀਤਾ। ਇੱਕ ਇੱਕ ਗਾਇਕ ਨੂੰ ਜਾਂ ਆਪਾਂ ਕਹਿ ਲਈਏ ਕਿ ਲੇਖਕ ਹੈ ਮਿਊਜ਼ਿਕ ਲਾਈਨ ਨਾਲ ਕੋਈ ਵੀ ਜੁੜਿਆ, ਉਹਦੇ ਵਾਸਤੇ ਸਾਹਿਤ ਕਿੰਨਾ ਕੁ ਲਾਜ਼ਮੀ ਹੈ ਪੜ੍ਹਨਾ? ਬਹੁਤ ਜ਼ਿਆਦਾ ਜ਼ਰੂਰੀ ਹੈ, ਬਹੁਤ ਹੀ ਜ਼ਰੂਰੀ, ਕਿਉਂਕਿ ਜਿਵੇਂ ਕਹਿੰਦੇ ਨੇ ਵੀ ਹੀਰਿਆਂ ਦਾ ਮੁੱਲ ਕਿਤਾਬਾਂ ਤੋਂ ਵੱਧ ਨਹੀਂ ਹੁੰਦਾ, ਬਸ ਹੀਰਾ ਤੱਕ ਦੇਖ ਲਿਆ, ਕਿਤਾਬਾਂ 'ਚ ਲੱਖਾਂ ਪਤਾ ਨਹੀਂ ਕੀ ਕੁਛ ਮਿਲ ਜਾਣਾ। ਬਹੁਤ ਧੰਨਵਾਦ ਬਾਈ ਜੀ, ਬੜੀ ਸੋਹਣੀ ਗੱਲਬਾਤ ਹੈ ਜਿਹੜੀ, ਅਤੇ ਉਹ ਸੋਹਣੀ ਸੋਚ ਦੇ ਨਾਲ ਅੱਜ ਇੱਥੇ ਜੁੜੇ ਹੋ, ਤੁਹਾਡਾ ਬਹੁਤ ਧੰਨਵਾਦ। ਥੈਂਕ ਯੂ ਬਾਈ, ਥੈਂਕ ਯੂ, ਧੰਨਵਾਦ ਤੁਹਾਡਾ ਵੀ, ਬਹੁਤ ਮਿਹਰਬਾਨੀ। ਔਰ ਚੋਟੀਆਂ ਜੀ ਤੁਹਾਡਾ ਵੀ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ। ਬਾਈ ਬਲਬੀਰ ਚੋਟੀਆਂ ਅਤੇ ਜੈਸਮੀਨ ਚੋਟੀਆਂ ਹੋਰਾਂ ਦੇ ਨਾਲ ਸੱਜਣੋ ਇਹ ਗੱਲਬਾਤ ਕਰ ਰਹੇ ਸੀ, ਜੇ ਵਧੀਆ ਲੱਗੀ ਤਾਂ ਇਹਨੂੰ ਗਾਹਾਂ ਵੀ ਦੱਸ ਦਿਓ, ਸ਼ੇਅਰ ਕਰ ਦਿਓ, ਨਹੀਂ ਸਾਨੂੰ ਦੱਸ ਦਿਓ, ਅਸੀਂ ਫਿਰ ਅਗਲੀ ਵਧੀਆ ਗੱਲਬਾਤ ਕਰਾਂਗੇ।